अज दा टीवी च प्रोग्राम आन दे नाल मैनूं बड़े फोन आंदे ने। ज़्यादा करके तो फोन यही होंदे कि कोई परिवार च मुश्किलां ने, कोई बच्चे नूं पढ़ा नहीं सकदे, व्याहां दे खर्चे, शराबां, नशे, भ्रूण हत्या जो साडे पंजाब च हैगा आ, हरियावल नूं असीं नाश करदे पए हैगे आ। जदों इहो जिहियां प्रॉब्लम दास नूं आउंदियां आ ਅਤੇ ਜਿਹੜਾ ਗੁਰਦੁਆਰਾ ਵਾਹਿਗੁਰੂ ਨਿਵਾਸ ਦਿੱਲੀ ਪਸ਼ਚਿਮ ਵਿਹਾਰ ਵਿਖੇ ਹੈਗਾ, ਉੱਥੋਂ ਫਿਰ ਇਹੋ ਜਿਹੇ ਕੁਛ ਨਾ ਕੁਛ ਉਪਰਾਲੇ ਕੀਤੇ ਜਾਂਦੇ ਨੇ। ਪਿੱਛੇ ਜੇ ਥੋੜ੍ਹੇ ਦਿਨ ਪਹਿਲਾਂ ਦਾਸ ਕੋਟਾ ਰਾਜਸਥਾਨ ਵਿਖੇ ਗਿਆ, ਉੱਥੋਂ ਦੀ ਸੰਸਥਾ ਨੇ ਮੇਰਾ ਟੀਵੀ 'ਚ ਪ੍ਰੋਗਰਾਮ ਦੇਖਿਆ 3-4 ਸਾਲ ਪਹਿਲਾਂ, ਮੇਰੇ ਨਾਲ ਸੰਪਰਕ ਕੀਤਾ। ਦਾਸ ਨੇ ਵੀ ਜੋ ਸਮਰੱਥਾ ਸੀ ਉਹਨਾਂ ਨੂੰ ਹਿੰਮਤ ਦਿੱਤੀ। ਉੱਥੇ ਪਹਿਲਾਂ 4 ਵਿਆਹ ਹੋਏ, ਅਗਲੇ ਸਾਲ 8 ਵਿਆਹ ਹੋਏ, ਇਹ ਹੁਣ ਕੁਛ ਦਿਨ ਪਹਿਲਾਂ 13 ਵਿਆਹ ਹੋਏ। ਇਹ ਮੈਂ ਚੜ੍ਹਦੇ ਕਲਰ ਟਾਈਮ ਚੈਨਲ ਟੀਵੀ ਦਾ ਧੰਨਵਾਦ ਕਰਾਂਗਾ ਕਿ ਜਿਹਨਾਂ ਨੇ ਸਾਰਾ ਪ੍ਰੋਗਰਾਮ ਰਿਕਾਰਡ ਕਰਕੇ ਫਿਰ ਉਹਨਾਂ ਨੇ ਟੈਲੀਕਾਸਟ ਕੀਤਾ। ਕਈ ਉਹਨਾਂ ਨੇ ਐਪੀਸੋਡ ਜਿਹੜੇ ਨੇ ਟੈਲੀਕਾਸਟ ਕੀਤੇ ਨੇ, ਤਾਂ ਕਿ ਦੁਨੀਆ ਨੂੰ ਜਾਗਰਤੀ ਪਤਾ ਚੱਲੇ ਕਿ ਸਿੱਖ ਨੇ ਕੀ ਕੰਮ ਕਰਨਾ ਹੈਗਾ ਆ। ਅਤੇ ਕਹਿੰਦੇ ਨੇ ਕਿ ਤੁਮਰੋ ਦੁੱਧ ਬਿੱਦਰ ਕੋ ਪਾਣੀ, ਅਤੇ ਖੀਰ ਸਮਾਨ ਮੇਰੇ ਕੋਲ ਕੀ ਸੀਗਾ ਕਿ ਜਿਹੜਾ ਤੇਰੇ ਕੋਲ ਮੈਨੂੰ ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਵਿਹਾਨੀ, ਖੇਰ ਸਮਾਨ ਮੈਂ ਸਾਗ ਪਾਇਆ। ਉਹ ਗਰੀਬ ਬਿੱਦਰ ਦਾ ਜਿਹੜਾ ਅਲੂਣਾ ਸਾਗ ਸੀਗਾ, ਜਿਹੜਾ ਹਾਲੇ ਰਿੜ ਦਾ ਪਿਆ ਸੀਗਾ, ਰਿਣਕ ਦਾ ਪਿਆ ਸੀਗਾ ਹਾਲੇ, ਤੁਮਰੋ ਖੀਰ, ਕਿ ਤੇਰੀ ਖੀਰ ਜਿਹੜੀ ਸੀਗੀ, ਔਰ ਉਹ ਬਿੱਦਰ ਦਾ ਜਿਹੜਾ ਅਲੂਣਾ ਸਾਗ ਸੀਗਾ, ਗੁਣ ਗਾਵਤ ਰਹਿਣ ਵਿਹਾਨੀ। ਕਦੇ ਜੀਵਨ 'ਚ ਇਹ ਨਾ ਉਲਾਂਭਾ ਕਰੋ ਕਿ ਮੇਰੇ ਘਰ ਫਲਾਨਾ ਮਹਾਂਪੁਰਖ ਨਹੀਂ ਆਇਆ। ਕਿਉਂ ਨਹੀਂ ਆਇਆ? ਕਿਉਂਕਿ ਤੇਰੇ ਆਪਣੇ ਅੰਦਰ ਹਾਲੇ ਭਾਵਨਾ ਨਹੀਂ ਬਣੀ, ਤੇਰੇ ਅੰਦਰ ਉਹ ਸੰਸਕਾਰ ਨਹੀਂ ਬਣੇ, ਤੇਰੇ ਅੰਦਰ ਉਹ ਜਾਗਰਤੀ ਨਹੀਂ ਬਣੀ ਹਾਲੀ। ਜੋ ਤੇਰੇ ਅੰਦਰ ਬੀਜ ਪਵੇਗਾ ਨਾ, ਦਇਆ ਦਾ, ਨਾਮ ਦਾ, ਕਿਰਪਾ ਦਾ, ਅਤੇ ਜਦੋਂ ਉੱਤੇ ਬਖਸ਼ਿਸ਼ ਆਉਣਗੇ ਨਾ, ਗੁਰੂ ਨਾਨਕ ਦੀ ਮਿਹਰ ਕਿਰਪਾ ਹੋਵੇਗੀ, ਫਿਰ ਤੇਰੇ ਘਰ ਕ੍ਰਿਸ਼ਨ ਆ ਪਾਉਣਗੇ। ਇਹ ਕ੍ਰਿਸ਼ਨ ਦਾ ਮਤਲਬ ਹੈ ਕਿ ਜੋਤ ਆਏਗੀ ਤੇਰੇ ਅੰਦਰ। ਅਤੇ ਕਹਿੰਦੇ ਨੇ ਕਿ ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਵਿਹਾਨੀ। ਦਿਨ ਰਾਤ ਜਿਹੜਾ ਅਸੀਂ ਰਾਤ ਸੀਗੀ ਪੂਰੀ ਅਸੀਂ ਰਹਿਣ ਸਬਾਈ ਕੀਰਤਨ ਮੈਂ ਕੀਤਾ, ਅਤੇ ਭਗਵਾਨ ਨੂੰ ਫਿਕਰ ਲੱਗਾ ਕਿ ਮੇਰਾ ਸਿਆਣਾ ਜਿਹੜਾ ਹੈਗਾ, ਮੇਰਾ ਭਗਤ ਪੂਰੀ ਰਾਤ ਕੀਰਤਨ ਕਰਦਾ ਪਿਆ ਹੈਗਾ ਆ, ਅਤੇ ਭਗਵਾਨ ਸਿਆਣ ਰੂਪ ਰਜਾਈ ਕੇ ਆਇਆ ਰਾਣੇ ਨੂੰ ਰਜਾਈ। ਜਦੋਂ ਹੰਕਾਰੀ ਪੰਡਿਤਾਂ ਨੇ ਵੀ ਕਬੀਰ ਜੀ ਦੀ ਨਿਰਾਦਰੀ ਕੀਤੀ ਹੈਗੀ ਆ, ਅਤੇ ਕਬੀਰ ਦੇ ਘਰ ਆ ਕੇ ਕਹਿੰਦੇ ਕਿ ਤੂੰ ਤੂੰ ਨੀਵੀਂ ਜਾਤਾਂ ਵਾਲਾ ਹੋ ਕੇ ਤੂੰ ਦੂਜਿਆਂ ਨੂੰ ਭੋਜਨ ਛਕਾਨਾ, ਸਾਨੂੰ ਸਾਰਿਆਂ ਨੂੰ ਵੀ ਛਕਾ। ਤਾਂ ਭਗਵਾਨ ਆਪ ਆਏ, ਭੰਡਾਰੇ ਭਰਤੇ ਉਹਦੇ ਘਰ, ਜਿਤਨੇ ਬ੍ਰਾਹਮਣ ਆਏ ਸੀਗੇ, ਪਰ ਤੇਰੇ ਅੰਦਰ ਭਾਵਨਾ ਹੋਵੇ ਉਹੋ ਜਿਹੀ, ਤੇਰੇ ਅੰਦਰ ਉਹੋ ਜਿਹੀ ਜਾਗਰਤੀ ਹੋਵੇ, ਤਾਂ ਤੇਰੇ ਅੰਦਰ ਜਾਗਰਤੀ ਤਾਂ ਭਗਵਾਨ ਖੁਦ ਕ੍ਰਿਸ਼ਨ ਚਾਲ ਕੇ ਤੇਰੇ ਘਰ ਆਉਣਗੇ। ਪਰ ਗੁਰੂ ਦੀ ਨਿਰਾਦਰੀ ਕਦੇ ਕਰਨੀ ਨਹੀਂ ਅਸੀਂ। ਸੱਤੇ ਬਲਵੰਡਾ ਇਤਿਹਾਸ ਸਾਹਿਬ ਜੀ ਨੂੰ ਜਾਣਦੇ ਹੈਗੇ ਹੋ, ਸਿਰਫ ਪਹਿਲਾਂ ਇਹ ਦੋ ਹੀ ਸੀਗੇ ਜਿਹੜੇ ਕਿ ਕੀਰਤਨ ਕਰ ਸਕਦੇ ਸੀਗੇ, ਪਰ ਇਹਨਾਂ ਨੂੰ ਹੰਕਾਰ ਆ ਗਿਆ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਖੁਦ ਨੰਗੇ ਪੈਰੀ ਚੱਲ ਕੇ ਇਹਦੇ ਘਰ ਗਏ ਸੀ। ਪਹਿਲਾਂ ਬਾਬਾ ਬੁੱਢਾ ਜੀ ਗਏ, ਹੋਰ ਪਤਵੰਤੇ ਗਏ, ਜਾ ਕੇ ਸਮਝਾਇਆ, ਨਹੀਂ ਸਮਝੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਖੁਦ ਚੱਲ ਕੇ ਗਏ ਨੇ, ਇਹਨਾਂ ਦੇ ਅੰਦਰ ਉਹ ਹੰਕਾਰ ਇਤਨਾ ਹੋ ਗਿਆ ਸੀਗਾ। ਤਾਂ ਕਹਿੰਦੇ ਸੀ ਅੱਜ ਦੇ ਬਾਅਦ ਸਿੱਖ ਖੁਦ ਸਾਰਾ ਜਿਹੜਾ ਵੀ ਕੋਈ ਕੀਰਤਨ ਹੋਏਗਾ ਆਪ ਕੀਰਤਨ ਕਰੇਗਾ, ਕੋਈ ਵੀ ਜਗਿਆਸੂ, ਚਾਹੇ ਉਹ ਬੀਬੀ ਹੈ, ਚਾਹੇ ਭੈਣ ਹੈ, ਚਾਹੇ ਬੱਚੀ ਹੈ, ਆਦਮੀ ਹੈ, ਵੀਰ ਹੈ, ਕੋਈ ਛੋਟਾ ਹੈ, ਸਾਰਿਆਂ ਨੂੰ ਆਜ਼ਾਦੀ ਕੀਰਤਨ ਕਰਨ ਦੀ। ਅੱਜ ਇਸ ਕੀਰਤਨ ਕਰਦੇ ਨਾਲ ਕੀਰਤਨੀ ਵੀਰ ਜਿਹੜੇ ਨੇ ਦੇਸ਼ ਵਿਦੇਸ਼ਾਂ 'ਚ ਜਾਂਦੇ ਨੇ, ਔਰ ਸਿੱਖੀ ਦਾ ਪ੍ਰਚਾਰ ਹੋ ਰਿਹਾ। ਇਸ ਨੂੰ ਅਸੀਂ ਗਲਤ ਪਾਸੇ ਨਹੀਂ ਲਿਆਉਣਾ, ਇਸ ਨੂੰ ਪੋਜ਼ੀਟਿਵ ਸਾਈਡ 'ਤੇ ਲਈਏ। ਜਦੋਂ ਕੀਰਤਨੀ ਵੀਰ ਤੁਹਾਨੂੰ ਕੀਰਤਨ ਸਿਖਾਉਂਦਾ ਹੈ ਨਾ, ਜਾਂ ਸੰਗਤ 'ਚ ਕੀਰਤਨ ਕਰਦਾ, ਜਾਂ ਗੁਰਮਤ ਵਿਚਾਰਾਂ ਕਰਦਾ ਹੈਗਾ ਆ, ਉਹ ਸਾਡਾ ਜੀਵਨ ਬਣਾ ਰਿਹਾ, ਉਹ ਸਾਡੇ ਅੰਦਰੋਂ ਆਤਮਕ ਅਗਿਆਨਤਾ ਦਾ ਹਨੇਰਾ ਦੂਰ ਕਰਦਾ ਹੈਗਾ ਆ। ਪਰ ਅਸੀਂ ਆਪਣੀ ਸ਼ਰਧਾ ਪ੍ਰੇਮ ਭਾਵਨਾ ਰੱਖਣੀ ਹੈ, ਅਤੇ ਮੈਂ ਆਪਦੇ ਚਰਨਾਂ 'ਚ ਇਹੀ ਕਹਾਂਗਾ ਕਿ ਕਬੀਰ ਕੋ ਠਾਕੁਰ ਆਨੰਦ ਬਿਨੋਦੀ ਜਾਤ ਨ ਕਾਹੋ ਕੀ ਮਾਨੀ। ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਰਥਨ ਹੈ ਨਾ, ਪਿਆਰੀ ਸਾਧ ਸੰਗਤ, ਇੱਕ ਇੱਕ ਅੱਖਰ 'ਤੇ ਪੂਰਾ ਧਿਆਨ ਦਈਏ ਅਸੀਂ,
साडा जीवन का अगला मार्ग है साढ़े लिए। करमी सहज न उपजे भी सहजे सहसा ना जाए। करमी कहते ने एक बार दे करम सहज ना उपजे, तेरों अंदरों जागृति लियानी है, आत्मक आनंद लियाना है। यह आत्मक आनंद जड़ा हैगा या तेरे करम बनाएगा, तेरे अंदर शरदा लियाएगा, महल मारियां वाले नहीं। तो गुरबाणी कहते करमी सहज ना उपजे। असी बाहर का पेख करिए जिदे के वड्डे वड्डे राजे लोग जड़े हुंदे ने, जड़े तनाड है, जड़े अजकल साढ़े जड़े अमीर जड़े बरादरी हुंदी है, कदे क्लबां पार्टियां ते जाणगे, उत्थे जाके उन्दे गलास तो गलास ही तो चीज़ां उल्टियां सीधियां पाईयां होणगियां और वड्डियां वड्डियां धार्मिक गल्लां करनगे। इहनूं बड़ा परहेज दो प्यारिओ। इह सानूं जिहड़े 84 लाख जून दे बादशाही शरीर मिलिया है ना, मनुखी जामा मिलिया हैगा आ, असीं इहदा पूरा लाहा लईए, ये को पूरा असं फायदा लिए, अपना वो तो वो सिमरन करिए, भगती करिए, दान पुन करिए, दसवंत करिए, स्वंसा दसवंत करिए, अपनी किरत कमाई का दसवंत करिए। असं लोड़मंदा के पिछे गलत जगह पर नहीं देना, गलत दिता है तो तेरा जे सारा नुकसान करेगा, और जे तू दसवंत सही देगा तो तेनों दरगाह दे जाके तेनों कई गुणा वाद मिलेगा, कई गुणा तेनों वाद जाके मिलेगा दरगाह दे। ऐसे ही है तेरा दरगाती है, सचखंड वसे निंकार, ऐ सचखंड तेरा ते अंदर हैगा, वसे निंकार तेरा सचखंड यही हैगा आ, कोई वक्र जोग्राफिकल एरिया नहीं हैगा ब्रह्मांड दे विच, वो तेरे इत्थे अंदर हैगा, तेरे अंदरों संस्कार, तेरे अंदर रतन है, तेरे अंदरों ज्ञान का चानना होना हैगा। तो कहंदे ने कि कबीर को ठाकुर, कबीर को ठाकुर कौन है, ऐ बैठे ने तुम दाते ठाकुर पद पालक नायक हस मारे, निमक ने को तुम ही प्रतिपालो हम बारिक तुमरे तारे, तू मेरा पिता तू मेरा पिता तू है मेरा बंधप, तू मेरा प्राता तू मेरा रखा सब ने ताए, तू मेरे कृपा कर रहा है, तू मेरा पिता भी हैगा, तू मेरा माता भी हैगा, तू मेरा बंधप है, तू मेरा प्राता भी हैगा है। गुरबाणी कहते कि रख रख कृपा दाए तेरे शरण तेरे दरबार, जिस तू राखे तिस कौन मारे, सब तुझे ही अंतर सगल संसारे, कोटि उपाव च्यो तू है ते है प्राणी, सो होवे जे करे च्यो जे विडानी। मैं समय ना लवा को जो बाणी पढ़ते हैं संगत दे दर्शन करते हैं तो मन च इतना गदगद आंदा हैगा। तो गुरबाणी कहते कि जिन सेव्या निरपो सुखदाता, तिन पो दूर किया एक पराता, जिन सेव्या, क्यों बिदर दे कोल की सीगा, बिदर दे कोल सीगा जिन सेव्या, निरपो सुखदाता, तिन पौ दूर किया एक पराता, बैठे ने पराता जी। तो कबीर दे ठाकुर दे कोल की हैगा आ, उहदे कोल हैगी गरीबी, उहदे कोल हैगा आत्मक आनंद, उहदे कोल हैगा भाव। तो कहंदे ने कि कबीर को ठाकुर आनंद विनोदी, कि जड़ा आनंदा दा भंडार है, सुखां दा भंडार है, वो हैगा अतुट भंडार मालक दी दरगाह दे विच, अतुट भंडार ने। जदों असीं मालक दे कोल मंगण दी चीज़ भावना रखदे, असीं वधेरा मंगदे हैगे आ, बहुत बहुत मंगदे हैगे आ, एक नहीं अनेकां मंगदे आ। पर गुरबाणी भी कहिंदी कि जेवर डाब तेवर तेरी दात, किसी वड्डे अमीर बंदे को कुछ भी अगर कुछ मंगोगे तो तुसे ही गल करोगे 10-20 लाख या 5000 रुपया या जो भी मंगोगे, जो किसी कंगाल को मंगोगे तो 5-10 रुपये, 20 रुपये, 50 रुपये, 100 रुपये मंगोगे, जो समथिंग लाइक दैट। तो इतने यही कहता है या कि जिन सेव्या निरपो सुखदाता, तिन पो दूर किया एक पराता। तो गुरबाणी कहती है कोट उपाव चितवत है पुरानी, सो होवे जे करे चोज विडानी। उस मालिक नु सब कुछ पता है कि तेरी की लोड़ है, तेरी की मांग है, तेरे घर च की कमी पेशी हैगी है, तेनू की लोड़ हैगी है, उस मालिक नु सब पता है। अनबोलती जानो हाल, साढ़े बोले बिना उन्हें सब कुछ पता हैगा आ, क्योंकि बिदर दे हिरदे च की सीगा, बिदर देर च सीगा पाओ, दुर्योधन दे कोल की सीगा राज महल, हंकार
शस्त्र उहदे कोल सेनापति सीगे। इस गरीब दे कोल की सीगा और इस गरीब दा कसूर की सीगा? इस कसूर दा ए सीगा कि दासी दा पुत्तर सीगा। ते जदों इहो जिहा इतिहास पढ़ी दा है ना, ते मन च कदी वारी बड़ी बड़ी ख्याल आंदा है कि किहो जिहा इतिहास हैगा आ कि माता सत्यावंती दे नूहां दे जिहड़े पति सीगे उहदे आपणे पुत्तर जिहड़े सीगे, तिन पुत्तरां चों दो पुत्तर जिहड़े सीगे विचारे परलोक नूं गमन कर गए। तो अपनी नूहां नूं कहिंदी है कि जेठ कह लो जां जिहड़ा भी कह लो, ब्यास कह लो, उहदा नां सी इतिहास जो आंदा है, उहदे कोलों पुत्तर प्राप्त करन दे लई। पहला तां कि पुत्तर प्राप्त हो गया, जदों होर पुत्तर प्राप्त करन दे लई जदों आया तो राणिया ने होशियारी दे नाल ब्यास दे कोल दासी नूं भेजता। कि माड़ी गल है, दासी मतलब घर की जड़ी जो भी जिस तो अजकल मॉडर्न वर्ड कह लो, मेड कह लो, हाउसमेड कह लो, या सेवादार कह लो, सेवादार नहीं कह लो, वो कुक तो जो बच्चा पैदा होया वो बिद्धा सीगा। तो वह कसूर यही सीगा गोली दे कुक तो पैदा होया। इन्हां गल्लां नूं तवज्जो अपने जीवन च देना कि असीं किसी नूं भी ਉਹਦੇ ਧਰਮ ਦੇ ਨਾਂ 'ਤੇ, ਉਹਦੇ ਜਾਤ ਦੇ ਨਾਂ 'ਤੇ, ਉਹਦੀ ਅਮੀਰੀ ਗਰੀਬੀ, ਉਹਦੇ ਕਿਸੇ ਦੇ ਨਾਂ 'ਤੇ ਵਿਤਕਰਾ ਨਹੀਂ ਕਰਨਾ। ਕਦੀ ਇਹੋ ਜਿਹੇ ਅਸੀਂ ਵਿਤਕਰੇ ਕੀਤੇ ਨਹੀਂ ਤਾਂ ਸਮਝ ਲਓ ਕਿ ਸਾਡੀ, ਮੈਂ ਅੱਗੇ ਕਹਿਣਾ ਨਹੀਂ ਚਾਹਾਂਗਾ। ਅਤੇ ਆਪਦੇ ਚਰਨਾਂ 'ਚ ਮੈਂ ਵਾਰ ਵਾਰ ਇਹੀ ਬੇਨਤੀ ਕਰਾਂਗਾ, ਪਿਆਰੀ ਸਾਧ ਸੰਗਤ ਜੀਓ, ਤੁਸੀਂ ਬੜੀ ਦੇਰ 'ਤੇ ਇੱਥੇ ਬੈਠੇ ਹੋਏ ਹੋ, ਆਨੰਦ ਮਾਣਦੇ ਪਏ ਹੈਗੇ ਹੋ, ਕਿ ਇਹ ਆਨੰਦ ਨੇ ਤੁਹਾਡਾ ਤਾਂ ਹੀ ਹੋਏਗਾ ਕਿ ਤੇਰੀ ਬਖਸ਼ਣਾ ਮਿੱਟੇ ਕੋ ਸਤਿਗੁਰ ਕਾ ਦਿਲਾਸਾ, तेरी बख्श न मेटे कोई सतगुरु का दिलासा, नाम ते आए न सुख फल पाए न आठ पर राधे। असी हसाद सा सिमरो गोबिंद करना है गाया पूरे गुरु दे चरना चा के, किसी नकली बंदियां दे या ना कुछ और परहेज करके असी टेढ़े बड़े तरीके तो अपनाने की कोई लोड़ नहीं। बड़ा गुरबाणी सिखी जी, बड़ा सिंपल जहा लाइफ है। तू अपना नितनेम करना, सुकण सद पाठ करना, खंडे बट्टे दा मरजूर छकना। और तन तन बाबा आनंद सिंह जी कहिंदे सीगे कि जिन्हां ने अपना अमृत वेला संभाल लिया ना, समझ लो उन्हें सारा कुछ प्राप्त कर लिया। जिंदगी दा फलसफा बड़ा बड़ा साडा सिक्की च बड़ा सोहना हैगा कि सानू किसे को जान दी कोई लोड़ ही नहीं। तू घर रह, ਏਸੀ ਹੀਟਰਾਂ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ, ਆਪਣੇ 9, 10, 12 ਘੰਟੇ ਜਿਹੜੇ ਤੂੰ ਕਿਰਤ ਕਰਨੀ ਕਰ। ਮੈਂ ਬੱਚਿਆਂ ਨੂੰ ਵੀ ਕਹਾਂਗਾ ਕਿਰਤ ਕਰਨ, ਪਹਿਲਾਂ ਤਾਂ ਆਪਣੀ ਅੱਛੀ ਯੂਨੀਵਰਸਿਟੀ ਦੀ ਐਜੂਕੇਸ਼ਨ ਲੈਣ, ਉਹਦੇ ਬਾਅਦ ਚਾਹੇ ਲੜਕਾ ਹੈ, ਜੋ ਲੜਕੀ ਹੈ, ਕੰਨਿਆ ਹੈ, ਨੂੰਹ ਹੈ, ਕੋਈ ਵੀ ਹੈਗੀ ਹੈ, ਤਵੱਜੋ ਦੇਣਾ। ਸਾਰੇ ਨੇ ਕਿਰਤ ਵਿਹਾਰ ਕਰਨੀ ਹੈ, ਪਰਿਵਾਰ ਦੀ ਜ਼ਰੂਰਤ ਕਰਕੇ ਨਹੀਂ। ਇੱਕ ਅੱਛੇ ਅਸੀਂ ਆਪਣੇ ਨਾਗਰਿਕ ਬਣ ਕੇ ਕਿ ਜਿਸ ਦੇਸ਼ 'ਚ ਵੀ ਅਸੀਂ ਰਹਿੰਦੇ ਹਾਂ ਉਸ ਦੇਸ਼ ਦੀ ਇਸ ਇਕੋਨਮੀ ਦੇ ਵਿੱਚ ਅਸੀਂ ਕੰਟਰੀਬਿਊਸ਼ਨ ਕਰਨੀ ਹੈ। ਇਹ ਨਹੀਂ ਹੈਗਾ ਕਿ ਵੀ ਮੈਂ ਕੰਮ ਕਰਾਂਗਾ ਜਾਂ ਕਰਾਂਗੀ ਤਾਂ ਮੈਂ ਚਲੋ ਫਲਾਨੀ ਮੋਰਗੇਜ ਪੇ ਕਰ ਲਵਾਂਗੀ, ਜਾਂ ਮੈਂ ਆਪਣੀ ਗੱਡੀ ਲੈ ਲਾਂਗੀ, ਜਾਂ ਮੈਂ ਆਪਣੇ ਪੇਕੇ ਮਾਇਆ ਭੇਜਾਂਗੀ। ਚਲੋ ਕੁਛ ਵੀ ਹੈਗਾ ਆ, ਮਾੜੀ ਗੱਲ ਨਹੀਂ ਹੈਗੀ, ਪਰ ਤੁਹਾਡੇ ਮਾੜੀ ਜਿਹੀ ਇਕਨੋਮਿਕ ਕੰਟਰੀਬਿਊਸ਼ਨ ਦੇ ਨਾਲ ਉਸ ਦੇਸ਼ ਦੀ ਤਰੱਕੀ ਆ।